ਮਲਵਾ ਬੈਟਲ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਦੀ ਵੀਡੀਓ ਦੀ ਸ਼ੁਰੂਆਤ ਇਸ ਸੋਹਣੇ ਜਿਹੇ ਕੋਟਨ ਨਾਲ ਸ਼ੁਰੂ ਕਰਦੇ ਹਾਂ ਜੀਵਨ ਮੇ ਮੌਕਾ ਤੋਂ ਸਭੀ ਕੋ ਮਿਲਤਾ ਹੈ ਲੇਕਿਨ ਸਫਲਤਾ ਕੇਵਲ ਕੜੀ ਮਿਹਨਤ ਵਾਲੋ ਕੋ ਹੀ ਪ੍ਰਾਪਤ ਹੋਤੀ ਹੈ ਕਹਿੰਦਾ ਪਾਵੇ ਮੇਰੇ ਵੀਰੋ ਕਿ ਜੀਵਨ ਦੇ ਵਿੱਚ ਮਤਲਬ ਕਿ ਹੁਣ ਤੁਹਾਨੂੰ ਕਿੰਨੇ ਮੌਕੇ ਮਿਲਨੇ ਆ ਆਮ ਆਦਮੀ ਪਾਰਟੀ ਸਰਕਾਰ ਨੇ ਤੁਹਾਨੂੰ 4 ਸਾਲਾਂ ਦੇ ਵਿੱਚ ਪੰਜਾਬ ਪੁਲਿਸ ਡਿਪਾਰਟਮੈਂਟ ਕੀ ਹਰ ਇੱਕ ਡਿਪਾਰਟਮੈਂਟ ਜਿਹੜੀ ਸਰਕਾਰੀਆ ਨੌਕਰੀਆਂ ਦੇ ਮੌਕੇ ਦਵੇਗੀ ਤੇ ਤੁਸੀਂ ਜੇ ਅਗਰ ਲਗਨ ਨਾਲ ਪੜੋਗੇ ਇੱਕ ਗੋਲ ਲੈ ਕੇ ਵਿਚਰੋਗੇ ਵੀ ਮੈਂ ਇਹ ਬਨਣਾ ਹੈ ਪੰਜਾਬ ਪੁਲਿਸ ਦੇ ਵਿੱਚ ਕਨਸਟੇਬਲ ਬਨਣਾ ਹੈ ਸਬ ਇੰਸਪੈਕਟਰ ਬਨਣਾ ਹੈ ਹੈੱਡ ਕਨਸਟੇਬਲ ਬਨਣਾ ਹੈ ਤੇ ਤੁਸੀਂ ਉਸ ਨੂੰ ਧਾਰ ਕੇ 3 ਮਹੀਨੇ ਜਾਂ 4 ਮਹੀਨੇ ਸਟੱਡੀ ਦੇ ਵਿੱਚ ਬਤਾਉਗੇ ਤੇ ਫਿਜ਼ੀਕਲੀ ਫਿਟ ਹੋਗੇ ਗਰਾਊਂਡ ਦੇ ਵਿੱਚ ਤਾਂ ਹੀ ਤੁਸੀਂ ਉਸ ਨੂੰ ਪ੍ਰਾਪਤ ਕਰ ਪਾਉਗੇ ਨਹੀਂ ਤਾਂ ਤੁਸੀਂ ਮੌਕੇ ਲੰਗਾਉਂਦੇ ਰਹਿ ਜਾਓਗੇ ਤੇ ਪਰਸੈਂਟੇਜ ਮਿਲਾਂਦੇ ਰਹਿ ਜਾਓਗੇ ਠੀਕ ਹੈ ਜੀ ਤੁਸੀਂ ਏਮ ਰੱਖ ਲਓ ਇੱਕ ਸੀਟ ਹੈ ਹਰੇਕ ਮਤਲਬ ਕਿ ਰੈਂਕ ਦੇ ਵਿੱਚ ਤੁਸੀਂ ਉਹ ਪ੍ਰਾਪਤ ਕਰਨੀ ਹੈ ਸੋ ਇਹੀ ਮੈਂ ਚਾਹੁੰਦਾ ਵੀ ਤੁਸੀਂ ਆਪਣੀ ਡਿਟਰਮੀਨੇਸ਼ਨ ਰੱਖੋ ਜੇ ਅਗਰ ਤੁਹਾਨੂੰ ਕੋਟ ਪਸੰਦ ਆਇਆ ਤਾਂ ਲਾਈਕ ਕਰੋ ਤੇ ਪੇਜ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਮੈਨੂੰ ਵੀ ਪਤਾ ਲੱਗੇ ਮੇਰੇ ਵੀਰਾਂ ਨੂੰ ਇਹ ਕੋਟ ਪਸੰਦ ਆਇਆ ਤੇ ਹੁਣ ਮੇਰੇ ਵੀਰੋ ਗੱਲ ਇਦਾਂ ਵੀ ਜਿਹੜੇ ਮੇਰੇ ਵੀਰਾਂ ਦੇ ਪਿਛਲੀ ਵੀਡੀਓ ਦੇ ਵਿੱਚ ਕੁਐਸਚਨ ਆਇਸੀ ਵੀ 6200 ਭਰਤੀ ਜਿਹੜੀ ਹੈਗੀ ਹੈ ਉਹ ਆਣੀ ਹੈ ਜਾਂ ਨਹੀਂ ਆਣੀ ਹੈ ਗੱਲ ਇਹ ਤਾਂ ਮੇਰੇ ਵੀਰੋ ਜਿਹੜੀ ਤਾਂ ਹੁਣ ਭਰਤੀ ਆਈ ਸੀ ਕਨਸਟੇਬਲ ਹੈੱਡ ਕਨਸਟੇਬਲ ਤੇ ਸਬ ਇੰਸਪੈਕਟਰ ਦੀ ਉਹ ਹੈਗੀ ਸੀ ਪਿਛਲੀ ਸਰਕਾਰ ਦੀ ناکامی ਸੀ ਉਸ ਨੂੰ ਰਿਵਾਈਜ਼ ਕਰਕੇ ਸਹੀ ਕੀਤਾ ਗਿਆ ਤਾਂ ਕਿ ਮੇਰੇ ਵੀਰਾਂ ਨੂੰ ਮੌਕਾ ਦਿੱਤਾ ਗਿਆ 2022 ਦੀ ਭਰਤੀ ਬਣਾ ਕੇ ਹੁਣ ਭਗਵੰਤ ਮਾਨ ਦੀ ਸਰਕਾਰ ਨੇ ਕੀ ਕੀਤਾ ਹੈ ਹੁਣ ਐਲਾਨ ਇਹ ਕੀਤਾ ਹੈ ਇਹਨਾਂ ਨੇ ਜਿਹੜੇ 6200 ਭਰਤੀ ਕੱਢਣੀ ਹੈ ਉਸ ਨੂੰ ਆਪਣੇ ਚਾਰ ਭਾਗਾਂ ਵਿੱਚ ਵੰਡਣਗੇ ਮਤਲਬ ਐਨਿਉਅਲੀ ਭਰਤੀ ਕੱਢਣਗੇ ਐਨਿਉਅਲੀ ਭਰਤੀ ਦਾ ਮਤਲਬ 1500 ਜਾਂ 1600 ਦੇ ਵਿੱਚ ਦੇ ਕਰੀਬ ਤੁਹਾਨੂੰ ਮਤਲਬ ਕੀ ਰੈਂਕਸ ਦੀਆਂ ਭਰਤੀਆਂ ਦੇਖਣ ਨੂੰ ਮਿਲਣਗੀਆਂ ਠੀਕ ਹੈ ਇੰਨੀਆਂ ਵੈਕੈਂਸੀਜ਼ ਵਹਿਲੀਆਂ ਹੋਣਗੀਆਂ ਜਿਸ ਵਿੱਚ ਭਗਵੰਤਬਾ ਸਰਕਾਰ ਨੇ ਕਿਹਾ ਹੈ ਹਰ ਸਾਲ ਹਰੇਕ ਬੱਚੇ ਨੂੰ ਮੌਕਾ ਮਿਲੇਗਾ ਕਿ ਉਹ ਆਪਣਾ ਹੁਨਰ ਦਿਖਾਵੇ ਤੇ ਅੱਗੇ ਆਵੇ ਤੇ ਆਪਣਾ ਜੋਬ ਦਾ ਡ੍ਰੀਮ ਸੀਗਾ ਉਹ ਪ੍ਰਾਪਤ ਕਰ ਲੇ ਇਹ ਹੁਣ ਤੁਹਾਡੇ ਤੇ ਕੰਪੀਟੀਸ਼ਨ ਜਿਹੜਾ ਹੈਗਾ ਹਾਈ ਹੋ ਗਿਆ ਮੇਰੇ ਵੀਰੋ ਕਿਉਂਕਿ ਹੁਣ ਹਰ ਸਾਲ ਤੁਸੀਂ ਦੇਖੋ 6 ਲੱਖ ਦੇ ਕਰੀਬ ਬੰਦਾ ਕਨਸਟੇਬਲ ਭਰਦਾ ਹੈ ਤੇ ਅਗਰ ਤੁਸੀਂ ਦੇਖੋ ਸੀਟਾਂ 800 ਵੀ ਹੋਈਆਂ ਕਨਸਟੇਬਲ ਦੀਆਂ 1500 ਦੇ ਵਿੱਚੋਂ 800 ਸੀਟਾਂ ਜੇ ਅਗਰ ਤੁਸੀਂ ਦੇਖ ਲੋ ਆਪਣੇ ਪੰਜਾਬ ਦੇ ਕਿੰਨਾ ਯੂਥ ਹਰ ਸਾਲ ਵਿਲਾ ਹੁੰਦਾ ਹੈ ਸਟੱਡੀ ਕਰਕੇ ਜਿਵੇਂ ਗ੍ਰੈਜੂਏਸ਼ਨ ਜਾਂ ਪਲੱਸ 2 ਕਰਕੇ ਤੇ ਉਹਨਾਂ ਨੇ ਉਨਾ ਹੀ ਟਫ ਪੇਪਰ ਪਾਣਾ ਤਾਂ ਕਿ ਬੱਚੇ ਕਲੀਅਰ ਕਰ ਸਕਣ ਤੇ ਜਿਹੜੇ ਬੱਚਿਆਂ ਚ ਕੁਆਲਿਟੀ ਹੈਗੀ ਹੈ ਉਹੀ ਪ੍ਰਾਪਤ ਕਰ ਸਕਣ ਨੌਕਰੀਆਂ ਸੋ ਇਹ ਕੁਆਲਿਟੀ ਜੇ ਅਗਰ ਤੁਸੀਂ ਨਿਖਾਰਨੀ ਹੈ ਤਾਂ ਮੇਰੇ ਵੀਰੋ ਤੁਸੀਂ ਹੁਣ ਬੁਕਸ ਨੂੰ ਫੋਲੋ ਕਰ ਲਵੋ ਤੇ ਜਿਹੜਾ YouTube ਪੇਜ ਤੁਸੀਂ ਫੋਲੋ ਕਰਦੇ ਹੋ ਉਸ ਦੇ ਜਿਹੜੇ ਟੀਚਰ ਨੂੰ ਤੁਸੀਂ ਰეკਮੈਂਡ ਕਰਦੇ ਹੋ ਉਹਨਾਂ ਦਾ ਇੰਸਟੀਚਿਊਟ ਗੱਲ ਕਰ ਲਵੋ ਤਾਂ ਕਿ ਤੁਸੀਂ 6 ਮਹੀਨੇ ਲਗਾਤਾਰ ਲਾਓ ਤੇ ਜੂਨ ਦੇ ਵਿੱਚ ਫਾਈਨਲੀ ਤੁਹਾਨੂੰ ਇੱਕ ਨੋਟੀਫਿਕੇਸ਼ਨ ਵੇਖਣ ਨੂੰ ਮਿਲੇਗਾ ਕਿਉਂਕਿ ਜੂਨ ਤੋਂ ਲੈ ਕੇ ਅਗਸਤ ਤੱਕ ਇਹ ਸਾਰੀ ਨੋਟੀਫਿਕੇਸ਼ਨ ਮਤਲਬ ਜਾਰੀ ਹੋਣਗੇ ਤੇ ਪੰਜਾਬ ਪੁਲਿਸ ਦੇ ਵਿੱਚ ਭਰਤੀਆਂ ਜਿਹੜੀਆਂ ਦਸੰਬਰ ਤੱਕ ਅਗਲੇ ਸਾਲ ਦੀਆਂ ਹੋਣਗੀਆਂ ਇਹ ਸੋਚੋ ਵੀ ਹੁਣ ਤੁਹਾਡੀ ਲਗਨ ਸ਼ੁਰੂ ਹੋਣ ਦਾ ਟਾਈਮ ਆ ਗਿਆ ਇਹ ਨਾ ਸੋਚੋ ਵੀ ਹੁਣ ਸਰਦੀਆਂ ਆ ਗਈਆਂ ਅਸੀਂ ਇੱਕ ਮਹੀਨਾ ਇੰਜੋਏ ਕਰੀਏ ਇਹ ਮਹੀਨਾ ਹੈ ਤੁਹਾਡਾ ਇੱਕ ਆਪਣੇ ਆਪ ਨੂੰ ਗੋਲ ਨੂੰ ਸੈੱਟ ਕਰਨ ਦਾ ਇੱਕ ਆਪਣੀ ਮਤਲਬ ਕਿ ਪਾਥ ਬਣਾਉਂਦਾ ਵੀ ਇਸ ਰਸਤੇ ਮੈਂ ਜਾਊਂਗਾ ਤੇ ਐ ਕਰਨਾ ਮੈਂ ਇਹ ਚੀਜ਼ਾਂ ਕਰਨੀਆਂ 2023 ਦੇ ਵਿੱਚ ਤਾਂ ਹੀ ਤੁਸੀਂ ਆਪਣਾ ਡ੍ਰੀਮ ਗੋਲ ਪ੍ਰਾਪਤ ਕਰ ਸਕੋਗੇ ਜੇ ਅਗਰ ਤੁਹਾਡੀ ਇਹ ਤੁਹਾਨੂੰ ਇਹ ਗੱਲ ਮੇਰੀ ਮੱਲੋ ਕੀ ਸਿਰ ਮੱਥੇ ਲੱਗਦੀ ਹੈ ਤਾਂ ਤੁਸੀਂ ਵੀਡੀਓ ਨੂੰ ਪਲੀਜ਼ ਲਾਈਕ ਕਰੋ ਪੇਜ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਆਈਕਨ ਨੂੰ ਪ੍ਰੈਸ ਕਰਿਓ ਤਾਂ ਕਿ ਜਿਹੜੀ ਆਉਣ ਵਾਲੀ ਵੀਡੀਓਜ਼ ਦੇ ਵਿੱਚ ਮੈਂ ਤੁਹਾਨੂੰ ਨਵੀਂ ਜਾਣਕਾਰੀ ਜਿਹੜੀਆਂ ਆਂਦੀਆਂ ਉਹ ਮੈਂ ਦਿੰਦਾ ਰਵਾਂ